ਅਸੀਂ ਘੱਟੋ ਘੱਟ ਅੱਜ 25 ਤੋਂ 30 ਡਿਪਾਰਟਮੈਂਟਸ ਜਾਂ ਸ਼ਮੂਲੀਅਤ ਕਰ ਰਹੇ ਨੇ ਇਸ ਕੈਂਪ 'ਚ। ਇਹ ਜਨ ਸੁਵਿਧਾ ਕੈਂਪ ਪੰਜਾਬ ਸਰਕਾਰ ਵੱਲੋਂ CM ਸਾਹਿਬ ਦੀ ਅਗਵਾਈ ਹੇਠ, ਮਾਣਯੋਗ D ਸਾਹਿਬ ਦੀ ਅਗਵਾਈ ਹੇਠ ਅਸੀਂ ਹਰ ਹਫ਼ਤੇ ਇੱਕ ਕੈਂਪ ਲਗਾ ਰਹੇ ਹਾਂ। ਹੁਣ ਫੈਬਰਰੀ ਦੇ ਵਿੱਚ ਅਸੀਂ ਹਰ ਰੋਜ਼ ਇੱਕ ਕੈਂਪ ਲੱਗਦਾ ਸੀਗਾ, ਹੁਣ ਪੂਰੇ ਜ਼ਿਲ੍ਹੇ 'ਚ। ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਤੇ ਜੀ, ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਹਰ ਹਫ਼ਤੇ ਇੱਕ ਕੈਂਪ ਲੱਗ ਰਿਹਾ, ਅੱਜ ਸਾਡਾ ਸਮਾਣੇ ਸ਼ਹਿਰ ਦਾ ਕੈਂਪ ਹੈ। ਅਸੀਂ ਸਾਰੇ ਹੀ ਡਿਪਾਰਟਮੈਂਟ ਜਿਵੇਂ ਪੁਲਿਸ ਡਿਪਾਰਟਮੈਂਟ, SDO ਸੀਵਰੇਜ ਬੋਰਡ, PSPCL ਹੋ ਗਿਆ, CDPO ਡਿਪਾਰਟਮੈਂਟ ਹੋ ਗਿਆ, ਰੈਵਨਿਊ ਡਿਪਾਰਟਮੈਂਟ ਹੋ ਗਿਆ, PWD, ਸਾਰੇ ਮੰਡੀ ਬੋਰਡ, ਮਾਰਕੀਟ ਕਮੇਟੀ, ਸਾਰੇ ਡਿਪਾਰਟਮੈਂਟ ਇੱਥੇ ਆਏ ਨੇ। ਅਤੇ ਜਿਹੜਾ ਸਾਡਾ ਸੇਵਾ ਕੇਂਦਰ ਹੈ, ਆਯੁਸ਼ਮਾਨ ਕਾਰਡ ਹੈ, ਆਧਾਰ ਕਾਰਡ ਹੈ, ਉਹ ਸਾਰੀਆਂ ਸੇਵਾਵਾਂ ਮੌਕੇ 'ਤੇ ਦਿੱਤੀਆਂ ਜਾ ਰਹੀਆਂ ਨੇ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਰੀ ਆਮ ਪਬਲਿਕ ਇੱਥੇ ਆ ਕੇ ਪੂਰਾ ਕੈਂਪ ਦਾ ਜਿਹੜਾ ਹੈਗਾ ਫਾਇਦਾ ਲੈ ਰਹੀ ਹੈ, ਅਤੇ ਜਿੰਨੇ ਵੀ ਸਾਡੇ ਕੋਲ ਸਵੇਰ ਦੇ ਗਰੀਵੈਂਸ ਆਏ ਹਾਂ ਅਸੀਂ ਨਾਲ ਨਾਲ ਉਹਨਾਂ ਨੂੰ ਸੋਰਟ ਆਊਟ ਕਰ ਰਹੇ ਹਾਂ। ਅਤੇ ਜਿਹੜਾ ਸਾਡੇ ਕੋਲ ਗਰੀਵੈਂਸ ਇਹ ਜਿਹਾ ਕਿ ਔਨ ਦਾ ਸਪੋਟ ਨਹੀਂ ਹੋ ਸਕਦਾ, ਅਸੀਂ ਇਹਨੂੰ ਔਨਲਾਈਨ ਮਾਰਕ ਕਰਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਸਪੈਕਟਿਵ ਕੰਸਰਨ ਡਿਪਾਰਟਮੈਂਟ ਤੋਂ ਕਲੀਅਰ ਕਰਵਾਵਾਂਗੇ। ਦੇਖੋ, ਲੋਕਾਂ ਦੀ ਸਮੱਸਿਆ ਨਾਲ ਅਸੀਂ ਸਪੋਟ 'ਤੇ ਹੱਲ ਕਰਦੇ ਹਾਂ, ਜੋ ਸਮੱਸਿਆ ਨੂੰ ਕੋਈ ਟਾਈਮ ਲੱਗਦਾ ਅਸੀਂ ਨੋਟ ਕਰਦੇ ਹਾਂ, ਉਹਨਾਂ ਨੂੰ ਕਨਵੇ ਕਰਦੇ ਹਾਂ, ਠੀਕ ਹੈ। ਪਬਲਿਕ ਨੂੰ ਬੜੀ ਇਹਦੀ ਕਨਵੀਨੀਅੰਸ ਹੈ, ਉਹਨਾਂ ਦਾ ਇੱਕ ਜਗ੍ਹਾ ਦੇ ਉੱਤੇ ਹੱਲ ਹੋ ਜਾਂਦਾ ਸਮੱਸਿਆ ਦਾ, ਅਤੇ ਲੋਕਾਂ ਦਾ ਅੱਛਾ ਹੰਗਾਰਾ ਭਰ ਰਿਹਾ। ਤੁਸੀਂ ਦੇਖਿਓ ਕਿਵੇਂ ਪਬਲਿਕ ਆਈ ਹੋਈ ਹੈ, ਸਵੇਰੇ 9 ਵਜੇ ਦਾ ਕੈਂਪ ਲੱਗਿਆ ਹੋਇਆ, 1 ਵਜੇ ਤੱਕ ਚੱਲੇਗਾ ਜੀ। ਅਸੀਂ ਲੋਕਾਂ ਦੀ ਮੋਸਟਲੀ ਸਮੱਸਿਆ ਜਿਹੜੀ ਇੱਥੇ ਸਪੋਰਟ 'ਤੇ ਹੱਲ ਕਰਦੇ ਹਰ ਤਰ੍ਹਾਂ ਦੀ। ਇਹਦਾ ਫਾਇਦਾ ਤਾਂ ਹੀ ਹੈ ਜੀ, ਹੁਣ ਜਿੰਨੇ ਆਪਣੇ ਉਰੇ ਸਮਾਣੇ ਦੇ ਕੰਮ ਨੇ ਜੋ ਵੀ ਹੈਗੇ ਨੇ, ਇੰਤਕਾਲ ਹੋ ਗਿਆ ਜਾਂ ਕੋਈ ਹੋਰ ਕੋਈ ਪੈਨਸ਼ਨ ਲੱਗਣੀ ਹੈ ਤਾਂ ਸਾਰੇ ਕੰਮ ਆ ਕੇ ਉਰੇ ਬਹਿ ਕੇ ਕਰਵਾ ਸਕਦੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਬਾਕੀ ਬੁਨਿਆਦੀ ਕਰਾਈ ਹੈ, ਯੂ ਸਾਹਿਬ ਨੇ ਪੁੱਛਿਆ ਸੀ, ਮੈਂ ਵੀ ਕਰਵਾਈ ਆ ਉਹਨਾਂ ਨੂੰ, ਕੋਈ ਇਹੋ ਜਿਹੀ ਗੱਲ। ਹਾਂ ਜੀ, PA ਸਾਹਿਬ ਤੁਸੀਂ ਕੀ ਕਹੋਗੇ? ਦੇਖੋ ਜੀ, ਪਬਲਿਕ ਦੀ ਸਹੂਲਤ ਵਾਸਤੇ ਸਰਕਾਰ ਪਹਿਲੇ ਦਿਨ ਤੋਂ ਹੀ ਲੱਗੀ ਹੋਈ ਹੈ। ਜਿਹੜੀਆਂ ਸਹੂਲਤਾਂ ਮਨ ਲੋਕਾਂ ਨੂੰ ਲੋਕਾਂ ਦੇ ਵਿੱਚ ਪਹੁੰਚ ਕੇ ਦੇਣ ਦਾ ਜਿਹੜਾ ਯਤਨ ਹੈ ਹਰ ਪੈਰ ਪੈਰ 'ਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ, ਉਹਦੇ ਸੰਬੰਧ 'ਚ ਅੱਜ ਜਿਹੜਾ ਜਨ ਸੁਵਿਧਾ ਕੈਂਪ ਹੈ ਸ਼ਹਿਰ ਦੇ ਵਿੱਚ ਲਗਾਇਆ ਗਿਆ, ਅਤੇ ਤੁਹਾਡੇ ਸਾਹਮਣੇ ਹੈ ਲੋਕ ਜਿਹੜੇ ਸਹੂਲਤਾਂ ਦਾ ਲਾਹਾ ਲੈਣ ਵਾਸਤੇ ਇੱਥੇ ਪਹੁੰਚ। ਇਹ ਨਾ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ, ਕਿਉਂਕਿ ਇੱਕ ਛੱਤ ਦੇ ਨੀਤੇ ਮੇਰਾ ਨੀਅਰ ਅਬਾਊਟ 30-31 ਡਿਪਾਰਟਮੈਂਟ ਬੈਠੇ ਨੇ। ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ, ਪੈਨਸ਼ਨ ਲਵਾਉਣੀ ਆ ਕਿਸੇ ਬੰਦੇ ਨੇ, ਬਜ਼ੁਰਗ ਦੇਖ ਰਿਹਾ ਕਾਫੀ ਬੈਠੇ ਨੇ, ਉਹ ਜਿਵੇਂ ਪਟਵਾਰੀ ਵੀ ਉਰੇ ਬੈਠਾ, ਕਮੇਟੀ ਵਾਲੇ ਵੀ ਉਰੇ ਬੈਠੇ ਨੇ, ਆਪਣੇ ਭਲਾਈ ਡਿਪਾਰਟਮੈਂਟ ਉਹ ਵੀ ਬੈਠਾ। ਇਸ ਕਰਕੇ ਮੈਂ ਸਾਡੇ ਮਾਨਯੋਗ ਕੈਬਨਿਟ ਮੰਤਰੀ ਚੇਤਨ ਸਿੰਘ ਚੌੜਾਮਾਜਰਾ ਜੀ ਦਾ, ਸਰਦਾਰ ਭਗਵੰਤ ਮਾਨ ਜੀ ਦਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ। ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣ, ਜਿਹੜੀ ਆਮ ਪਬਲਿਕ ਨੂੰ, ਬਜ਼ੁਰਗਾਂ ਨੂੰ ਇਹਦਾ ਬਹੁਤ ਬੈਨੀਫਿਟ।